ਅਸਲਾਮ ਵਾਲੇਕੁਮ ਯਾਰ। ਅੱਛਾ, ਅੱਜ ਜਿਹੜਾ ਹੈ ਉਹ ਹਕੂਮਤੀ ਇੱਕ ਵਜ਼ੀਰ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਨੈੱਟ ਸਲੋ ਕਹਿਣੀ ਇਹ ਕੁਛ ਹੈ ਕਹਿਣੀ ਪਾਕਿਸਤਾਨ ਦੇ ਵਿੱਚ ਇਹ ਜਿਹੜਾ ਜ਼ਿਆਦਾ ਤਾਦਾਦ ਜਿਹੜਾ VPN ਇਸਤੇਮਾਲ ਥੀਂਦਾ ਪਏ ਉਹਦੀ ਵਜ੍ਹਾ ਤੋਂ ਜਿਹੜਾ ਨੈੱਟ ਸਲੋ ਹੈ। ਉਹ ਜਿਵੇਂ ਇਮਰਾਨ ਖਾਨ ਦੇ ਨਾ ਕਿ ਜ਼ਿਆਦਾਤਰ ਲੋਕ ਇਹ ਪੜ੍ਹੇ ਲਿਖੇ ਕਹਿਣੀ ਜਿਹਨੇ ਕੋਈ ਪਤਾ ਕਹਿਣੀ ਕੀ ਲਿਖੀ ਦੇ ਅਤੇ ਕੀ ਲਿਖੀ ਦੇ। ਯਾਰ ਖੁਦਾ ਦਾ ਖੌਫ ਕਰੋ, VPN ਬੰਦਾ ਉਂਝਲ ਇਸਤੇਮਾਲ ਕਰੇਂਦੇ ਜਿਸ ਟਾਈਮ ਨੈੱਟਵਰਕ ਦੇ ਵਿੱਚ ਕੋਈ ਬੈਰੀਅਰ ਆ ਵਜੇ, ਕੋਈ ਮਸਲਾ ਥੀ ਵਜੇ, ਨੈੱਟਵਰਕ ਸਲੋ ਹੋਵੇ ਜਾਂ ਲਿੰਕ ਡਾਊਨ ਹੋਵੇ। VPN ਇੱਕ ਇੰਝਾ ਸਿਸਟਮ ਹੈ, ਇੱਕ ਇੰਝਾ ਪੁਰਜ਼ਾ, ਇੱਕ ਇੰਝਾ ਇੰਸਟਰੂਮੈਂਟ, ਇੱਕ ਇੰਝਾ ਟੂਲ ਹੈ ਜਿਹੜਾ ਕਿਆ ਕਰਦੇ ਨੈੱਟ ਦੀ ਸਪੀਡ ਕੋ ਵਧੇਂਦੇ ਹੀ ਕੋ ਦਿਨ ਪ੍ਰਾਕਸੀ। ਇਹ ਸਾਰੇ ਮੁਲਕ ਦੇ ਵਿੱਚ ਮੋਸਟਲੀ VPN ਜਿਹੜਾ ਸਾਡੇ ਮੁਲਕ ਇਸਤੇਮਾਲ ਕੀਤੇ। VPN ਇਸਤੇਮਾਲ ਕਰਨ ਦਾ ਤਾਲੁਕ ਨੈੱਟ ਦੇ ਸਲੋ ਨਾਲ ਕੋਈ ਤਾਲੁਕ ਹੈ ਨਹੀਂ, ਹਾਲਾਂਕਿ VPN ਕਿਆ ਕਰਦੇ ਨੈੱਟ ਦੀ ਸਪੀਡ ਕੋ ਇਨਹਾਂਸ ਕਰਦਾ, ਉਹਨੂੰ ਵਧੇਂਦੇ। ਇਹ ਨਹੀਂ ਕਿ ਐਕਸਕਿਊਜ਼ ਕਰ ਗਿਨਣ ਕਿ ਹਾਂ ਯਾਰ ਨੈੱਟ ਦੇ ਉੱਤੇ ਮਸਲਾ ਆਇਆ ਪਏ, ਵਟਸਅਪ, ਫੇਸਬੁੱਕ, ਸੋਸ਼ਲ ਮੀਡੀਆ ਐਪਸ ਜਾਂ ਗੂਗਲ ਜਾਂ ਫਰੀਲਾਂਸਰਸ ਕੋ ਮਸਾਇਲ ਪੇਸ਼ ਆਉਂਦੇ ਪਏ ਨਹੀਂ ਦੋ ਤਾਂ ਐਕਸਕਿਊਜ਼ ਕਰ ਗਿਨੋ, ਹੀ ਕੁਛ ਸੈੱਟ ਕਰ ਗਿਨੋ। ਨਹੀਂ, ਉਹ ਹੱਥੋਂ ਪਾਕਿਸਤਾਨ ਦੀ ਆਵਾਮ ਕਿਤੇ ਡਾਂਗ ਚੀਂਦੇ ਨੇ ਕਿ ਨਹੀਂ ਨਹੀਂ ਇਹ ਤੁਸੀਂ ਜਿਹੜਾ VPN ਇਸਤੇਮਾਲ ਕਰਨ ਉਹਦੀ ਵਜ੍ਹਾ ਤੋਂ ਹੈ। ਯਾਰ ਆਪਣੇ ਦਿਮਾਗ ਦਾ ਇਲਾਜ ਕਰਵਾਓ ਕਿ ਉਹ ਕੋਈ ਨਿਊਰੋ ਫਿਜ਼ੀਸ਼ੀਅਨ ਕੋ ਦਿਖਾਓ ਤਾਂ ਕਿ ਤੁਹਾਨੂੰ ਦਿਮਾਗ ਦੇ ਜਿਹੜਾ ਨਸਾਂ ਨਾ ਉਹ ਖੁੱਲ੍ਹ ਵਜਨ, ਪਤਾ ਚੱਲੇ ਤੁਹਾਨੂੰ ਕਿ VPN ਦਾ ਇਸਤੇਮਾਲ ਕਿਉਂ ਕਰਨ ਦੇ ਬੰਦਾ ਜਾਂ VPN ਦੇ ਇਸਤੇਮਾਲ ਨਾਲ ਨੈੱਟ ਸਲੋ ਥੀਂਦੇ ਜਾਂ ਨਹੀਂ ਥੀਂਦੇ। ਮਸਲਾ